ਹਾਜ਼ਰ ਆ ਦੋਸਤੋ ਮੈਂ ਦੇਸਰਾਜ ਕਾਲੀ ਪ੍ਰੋਗਰਾਮ ਹੈ ਬੋਲ ਜ਼ੁਬਾਂਬ ਤੇਰੀ ਹੈ ਬੋਲੇ ਨੇ ਨਵਜੋ ਸਿੱਧੂ ਹੋਰੀ ਖੜਕ ਕੇ ਬੋਲੇ ਨੇ ਪੋਲਿਟੀਕਲ ਬੋਲੇ ਨੇ ਸੋਚ ਸਮਝ ਕੇ ਬੋਲੇ ਨੇ ਔਰ ਉਹਨਾਂ ਦਾ ਬੋਲਿਆ ਅੱਜ ਤੋਂ ਹੀ ਪਟਾਕੇ ਵਾਂਗ ਕੰਮ ਕਰ ਗਿਆ ਹੈ ਆ ਪੋਲਿਟੀਕਲ ਬਿਆਨਬਾਜ਼ੀਆਂ ਦੂਸ਼ਣਵਾਜੀਆਂ ਵੀ ਹੋਣਗੀਆਂ ਬਹੁਤ ਕੁਝ ਬਹੁਤ ਕੁਝ ਸਰਗਰਮ ਜਿਆ ਹੋਏਗਾ politically ਕਿਉਂਕਿ ਅ ਵਿਸਾਖੀ ਦਾ ਦਿਹਾੜਾ ਹੈ ਖਾਲਸਾ ਜੀ ਦੀ ਸਥਾਪਨਾ ਦਾ ਦਿਹਾੜਾ ਹੈ ਸਤਗੁਰੂ ਦਸਮ ਪਾਤਸ਼ਾਹ ਜੀ ਨੇ ਜਦੋਂ ਖਾਲਸਾ ਸਾਜਨਾ ਦਿਵਸ ਮਨਾਇਆ ਸੀ ਤਾਂ ਨਵਜੋਤ ਸਿੰਘ ਸਿੱਧੂ ਹੋਰੀ ਬੁਰਜ ਜਵਾਰ ਸਿੰਘ ਵਾਲਾ ਜਿਹਨੂੰ ਆਪਾਂ ਬਰਗਾੜੀ कांड ਨਾਲ ਜੋੜ ਕੇ ਉਸ ਪੰਡ ਨੂੰ ਦੇਖਦੇ ਆਂ ਯਾਦ ਕਰਦੇ ਆਂ ਜਾਂ ਜਾਂ ਤੜਪਦੇ ਆਂ ਇਸ ਨਾਮ ਤੋਂ ਪੰਜਾਬੀ ਕਿਉਂਕਿ ਇਸ ਨਾਮ ਨਾਲ ਨਿਆਂ ਤੇ ਅਨਿਆਂ ਔਰ ਨਿਆਂ ਦੇ ਉੱਤੇ ਪੋਲਿਟਿਕਸ ਔਰ ਪੋਲਿਟਿਕਸ ਦੇ ਚੱਲਦੇ ਆਂ ਕਿਤੇ ਨਾ ਇਨਸਾਫੀ ਜਿਹੜੀ ਹੈ ਪੰਜਾਬੀਆਂ ਦੇ ਰੜਕ ਟਸ ਟਸ ਕਰ ਰਹੀ ਆ 6 ਸਾਲ ਹੋ ਗਏ ਨੇ ਅ uh, 2015 ਦੀਆਂ ਉਹ ਘਟਨਾਵਾਂ ਨੇ ਜਿਹੜੀਆਂ ਬਰਗਾੜੀ ਕਾਂਡ ਗੋਲੀ ਕਾਂਡ ਵਰਗੀਆਂ ਘਟਨਾਵਾਂ ਬੇਅਦਬੀ ਵਰਗੀਆਂ ਘਟਨਾਵਾਂ ਕਿਹੜੀਆਂ ਸਾਜ਼ਿਸ਼ਾਂ ਹੁੰਦੀਆਂ ਨੇ ਅ ਕਿਹੜੇ ਅੰਦੋਲਨ ਚੱਲ ਰਹੇ ਸੀ ਕਿਵੇਂ ਕਿਸਾਨ ਅ ਪਟੜੀਆਂ ਤੇ ਬੈਠੇ ਸੀਗੇ ਰੇਲ ਟ੍ਰੈਕਾਂ ਤੇ ਬੈਠੇ ਸੀਗੇ ਸੜਕਾਂ ਤੇ ਬੈਠੇ ਸੀ ਜੋ ਦਿੱਲੀ ਕਿਸਾਨੀ ਅੰਦੋਲਨ ਤੋਂ ਪਹਿਲਾਂ ਪੰਜਾਬ ਦਾ ਅੰਦੋਲਨ ਸੀ ਹੁਣ ਤਾਜ਼ਾ ਪਿਛਲੇ ਸਾਲ ਦੇਖਿਆ ਉਹੀ ਪੋਜੀਸ਼ਨ ਲਗਭਗ ਉਨੀ ਤਿੱਖੀ ਪੋਜੀਸ਼ਨ ਜਿਹੜੀ ਆ 2015 ਚ ਬਣੀ ਹੋਈ ਸੀ ਉਸ ਤੋਂ ਬਾਅਦ ਦੀਆਂ ਸਾਰੀਆਂ ਘਟਨਾਵਾਂ ਨੂੰ ਜਦੋਂ ਤੁਸੀਂ ਮਿਲ ਕੇ ਜਾਂ ਦੇਖਦੇ ਆ ਤਾਂ ਲੋਕਾਂ ਦੇ ਹੱਡੀ ਹੰਡਾਏ ਹੋਏ ਸੱਚ ਜਿਹੜੇ ਆ ਉਹ ਮੁੜ ਕੇ ਫਿਰ ਕਿਵੇਂ ਤਫ਼ਤੀਸ਼ਾਂ 'ਚ ਪੈ ਪੈ ਕੇ ਕਿਵੇਂ ਉਹ ਰਿੱਜਦੇ ਪੱਕਦੇ ਨੇ ਪੋਲੀਟੀਕਲੀ ਕਿਸ ਤਰੀਕੇ ਦੀਆਂ ਗੇਮਾਂ ਬਣਦੀਆਂ ਕਿੱਧਰ ਨੂੰ ਜਾਂਚਾਂ ਜਾਂਦੀਆਂ ਨਹੀਂ ਕਿੱਧਰ ਨੂੰ ਸੱਟ ਜਾਂਦੀ ਹੈ ਕਿੱਧਰ ਨੂੰ ਸੀਬੀਆਈ ਜਾਂਦੀ ਹੈ ਕੇਂਦਰ ਦਾ ਦਬਾਅ ਕਿਵੇਂ ਪੈਂਦਾ ਡੇਰਾਬਾਦ ਦਾ ਦਬਾਅ ਕਿਵੇਂ ਪੈਂਦਾ ਸਿੱਖ ਪੋਲਿਟਿਕਸ ਦਾ ਦਬਾਅ ਕਿਤੇ ਪੈਂਦਾ ਤਾਂ ਫਿਰ ਲੋਕਾਂ ਨੂੰ ਜਿਹੜੀ ਨਿਰਾਸ਼ਾ ਤੇ ਨਾ ਇਨਸਾਫੀ ਉਹਦੇ ਨਾਲ ਉਦਾਸੀ ਹੁੰਦੀ ਹੈ ਨਵਜੋਤ ਸਿੱਧੂ ਹੋਰਾਂ ਨੇ ਉਸ ਉਦਾਸੀ 'ਚ ਇੱਕ ਹੋਰ ਚੰਗਿਆੜੀ ਸਿੱਟੀ ਹੈ ਔਰ ਉਹਨਾਂ ਨੇ ਕਿਹਾ ਕਿ ਭਾਈ ਮੈਂ ਇੱਥੇ ਸਜਦਾ ਕਰਨ ਇਸ ਕਰਕੇ ਆਇਆ ਕਿਉਂਕਿ ਪੋਲਿਟੀਕਲ ਬਸਾਤ ਵਿਸ਼ੀ ਹੋਈ ਆ ਛਤਰੰਜ ਵਿਸ਼ੀ ਹੋਈ ਆ ਉਸ ਛਤਰੰਜ ਦੇ ਵਿੱਚ ਜਿਨ੍ਹਾਂ ਲੋਕਾਂ ਨੇ ਜਿਨ੍ਹਾਂ ਹਾਕਮ ਧਰਾਂ ਨੇ ਗੋਲੀ ਚਲਾਉਣ ਦੇ ਹੁਕਮ ਦਿੱਤੇ ਉਹਨਾਂ ਨੂੰ ਸਾਫ ਸਾਫ ਬਚਾਇਆ ਜਾ ਰਿਹਾ ਹੈ ਸਪਸ਼ਟ ਸ਼ਬਦਾਂ ਦੇ ਵਿੱਚ ਜੇ ਮੈਂ ਕਹਾ ਨਵਜੋਤ ਸਿੱਧੂ ਹੋਰਾਂ ਨੇ ਤੀਰ ਸੁਖਵੀਰ ਬਾਦਲ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਮਾਰਿਆ ਇਹ ਵੇਲੇ ਦੇ ਮੁੱਖ ਮੰਤਰੀ ਡਿਪਟੀ ਮੁੱਖ ਮੰਤਰੀ ਸਨ ਪਰantu ਕੱਢਿਆ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਵਿੱਚ ਦੀ ਹੈ ਕਿਉਂਕਿ ਉਹਨਾਂ ਦਾ ਸਿੱਧਾ-ਸਿੱਧਾ ਹੀ ਪੋਲਿਟੀਕਲ ਅਟੈਕ ਹੈ ਕਿ ਭਾਈ ਤੁਸੀਂ ਉਹਨਾਂ ਲੋਕਾਂ ਨੂੰ ਬਚਾ ਰਹੇ ਹੋ ਜਿਨ੍ਹਾਂ ਲੋਕਾਂ ਨੇ ਕਿਤੇ ਹੁਕਮ ਚਾੜ੍ਹਿਆ ਸੀ ਨਵਜੋਤ ਸਿੱਧੂ ਹੋਰਾਂ ਨੇ ਕਿਉਂਕਿ ਕੱਲ ਨੂੰ 14 ਅਪ੍ਰੈਲ ਹੈ ਖੂਨੀ ਵਿਸਾਖੀ ਵਾਲਾ ਦਿਹਾੜਾ ਵੀ ਜਲਿਆਂਵਾਲੇ ਬਾਗ ਦੇ ਨਾਂ ਤੇ ਅਸੀਂ ਯਾਦ ਕਰਦੇ ਹਾਂ ਉਹਦੇ ਬਾਰੇ ਗੱਲਾਂ ਕਰਾਂਗੇ ਪਰantu ਨਵਜੋਤ ਸਿੱਧੂ ਨੇ ਆਪਣੀ ਟਿੱਪਣੀ 'ਚ ਇਹ ਕਿਹਾ ਆ ਕਿ ਸ਼ਹੀਦ ਉਦਮ ਸਿੰਘ ਵੱਲੋਂ ਜਨਰਲ ਡਾਇਰ ਨੂੰ ਮਾਰ ਕੇ ਜਲਿਆਂਵਾਲੇ ਬਾਗ ਦਾ ਬਦਲਾ ਲੈਣ ਦਾ ਭਾਵ ਵੀ ਇਹੀ ਹੈ ਕਿ ਭਾਈ ਗੋਰੀਆਂ ਗੋਲੀਆਂ ਚਲਾਉਣ ਵਾਲੇ ਤਾਂ ਪਿਆਦੇ ਨੇ ਵੱਡਾ ਗੁਨਾਹਗਾਰ ਜਿਹੜਾ ਹੈ ਉਹ ਗੋਲੀ ਦਾ ਆਰਡਰ ਦੇਣ ਵਾਲਾ ਹੁੰਦਾ ਹੈ ਸੋ ਉਹਨਾਂ ਨੇ ਆਪਣੀ ਟਿੱਪਣੀ ਜਿਹੜੀ ਤਿੱਖੀ ਪੋਲੀਟੀਕਲ ਟਿੱਪਣੀ ਆਪਾਂ ਸਾਰੇ ਜਾਣਦੇ ਹਾਂ ਕੈਪਟਨ ਨਵਿੰਦਰ ਹੋਰਣਾ ਨਾ ਪੇਚਾ ਪਿਆ ਹੋਇਆ ਚੋਣਾਂ ਦੌਰਾਨ ਲੋਕ ਸਭਾ ਦੀਆਂ ਚੋਣਾਂ ਦੌਰਾਨ ਜਿਸ ਵੇਲੇ ਨਵਜੋਤ ਸਿੱਧੂ ਹੋਰੀ ਬਠਿੰਡੇ 'ਚ 50 50 ਦੇ ਮੈਚ ਦੀ ਗੱਲ ਕੀਤੀ ਸੀਗੀ ਕਿ ਬਾਦਲਾਣਾ ਰਲ ਕੇ ਕੈਪਟਨ ਅਮਰਿੰਦਰ ਸਿੰਘ ਹੋਰੀ ਅੱਦੋ-ਅੱਦ ਵਾਲਾ ਮੈਚ ਖੇਡ ਰਹੇ ਨੇ ਯਾਦ ਹੋਏਗਾ ਤੁਹਾਨੂੰ ਉਹ ਪ੍ਰਯੰਕਾ ਗਾਂਧੀ ਹੋਰਾਂ ਨਾਲ ਬੈਠ ਕੇ ਆਏ ਸੀਗੇ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਧੋਬੀ ਪਟੜਾ ਜਿਉਂ ਵੱਜਦਾ ਹੈ ਨਵਜੋਤ ਸਿੱਧੂ ਅੱਜ ਤੱਕ ਪੈਰਾਂ ਤੇ ਨਹੀਂ ਆਏ ਅ ਅਸੀਂ ਪਿਛਲੇ ਦਿਨਾਂ ਦੇ ਵਿੱਚ ਹਰੀਸ਼ ਰਾਵਤ ਹੋਰੀ ਪੰਜਾਬ ਮਾਮਲਿਆਂ ਦੇ ਇੰਚਾਰਜ ਨੇ ਪੋਲੀਟੀਕਲੀ ਰਸੂਖ ਰੱਖਣ ਵਾਲੇ ਇੰਟੈਲੈਕਚੁਅਲ ਮੰਨੇ ਜਾਂਦੇ ਨੇ ਪੋਲਿਟਿਕਲ ਖੇਤਰ 'ਚ ਉਹਨਾਂ ਦਾ ਵਾਵਾ ਅ ਰਸੂਖ ਅਸਰ ਵੀ ਹੈ ਦਾ ਦਬਦਬਾ ਵੀ ਹੈ ਔਰ ਕਾਂਗਰਸ 'ਚ ਇੱਕ ਰਿਸਪੈਕਟਫੁਲ ਥਾਂ ਵੀ ਹੈ ਉਹਨਾਂ ਦੀ ਇੱਕ ਇੱਜ਼ਤ ਵਾਲੀ ਥਾਂ ਵੀ ਹੈ ਉਹਨਾਂ ਦੀਆਂ ਕੋਸ਼ਿਸ਼ਾਂ ਹੋਈਆਂ ਸੀਗੀਆਂ ਕੈਪਟਨ ਰਵਿੰਦਰ ਔਰ ਨਵਜੋਤ ਸਿੱਧੂ ਨੂੰ ਨੇੜੇ-ਨੇੜੇ ਕਰਨ ਦੀਆਂ ਚੋਣਾਂ ਆ ਵੀ ਮਾਹੌਲ ਹੈ ਚੋਣਾਂ ਨੇੜੇ ਆਈਆਂ ਹੋਈਆਂ ਨੇ ਕਾਂਗਰਸ ਪਹਿਲਾਂ ਹੀ ਧੜਿਆਂ ਚ ਪਾਟੀ ਹੋਈ ਹੈ ਬਾਜਵਾ ਪ੍ਰਤਾਪ ਸਿੰਘ ਬਾਜਵਾ ਕੌਸ਼ ਕਹਿੰਦੇ ਨੇ ਪੱਟਲ ਹੋਰੀ ਕੌਸ਼ ਕਹਿੰਦੇ ਨੇ ਚਮਸ਼ੀਰ ਸਿੰਘ ਦੂਲੋ ਕਿਧਰੇ ਤੁਰੇ ਫਿਰਦੇ ਨੇ ਔਰ ਨਵਜੋਤ ਸਿੰਘ ਸਿੱਧੂ ਪਿਛਲੇ ਡੇਢ ਸਾਲ ਤੋਂ 2 ਸਾਲ ਤੋਂ ਜਿਹੜਾ ਡੱਕੇ ਡੋਲੇ ਖਾਂਦੇ ਫਿਰਦੇ ਨੇ ਉਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਆਪਣੇ ਕਾਬੂ ਰੱਖਣ ਦੀ ਆ ਜਾਂ ਗੱਲ ਜਿਉਂ ਕਹਿੰਦੇ ਸੀਗੇ ਤਾਂ ਕਿਸੇ ਟੇਢੇ ਢਾਂਗ ਦਾ ਕਹਿੰਦੇ ਸੀ ਪਰ ਅੱਜ ਸਿੱਧੇ ਸਪਸ਼ਟ ਕਲੀਅਰ ਕੱਟ ਔਰ ਠਾ ਸੋਟੇ ਵਾਂਗ ਉਹਨਾਂ ਨੇ ਅੱਜ ਗੱਲ ਰੱਖੀ ਹੈ ਪਿਛਲੇ ਸਮੇਂ ਦੇ ਵਿੱਚ ਬਾਰ ਬਾਰ ਉਹਨਾਂ ਦੀਆਂ ਕਦੇ ਉਹ ਆਮ ਆਦਮੀ ਪਾਰਟੀ 'ਚ ਚਲੇ ਜਾਣਗੇ ਕਾਂਗਰਸ ਛੱਡ ਜਾਣਗੇ ਉਹ ਕਿਹੜਾ ਪੈਂਤੜਾ ਲੈਂਦੇ ਨੇ ਕਿਹੜਾ ਬੰਬ ਸੱਟਦੇ ਨੇ ਬਹੁਤ ਕੁਝ ਜਿਹੜਾ ਸਾਰੇ ਦਾ ਸਾਰਾ ਹੁੰਦਾ ਰਿਹਾ ਪਰੰਤੂ ਉਹ ਹਵਾ ਦੇ ਵਿੱਚ ਹੀ ਅਸੀਂ ਦੇਖਿਆ ਸੀ ਉਹਨਾਂ ਨੇ ਪਟਿਆਲੇ ਆਪਣੀ ਮੀਟਿੰਗ ਦੇ ਵਿੱਚ ਵੀ ਅ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਜਿਹੜਾ ਬੱਚ ਦੇ ਨਜ਼ਰ ਆਏ ਸੀ ਪਰੰਤੂ ਅੱਜ ਜੇ ਇਸ ਵੇਲੇ ਉਹ ਬਰਗਾੜੀ ਗੁਰਦੁਆਰਾ ਅ ਬੁਰਜ ਜਵਾਰ ਸਿੰਘ ਵਾਲਾ ਨਾ ਤਮਸਕ ਹੋਇਆ ਉਹਨਾਂ ਨੇ ਪੋਲੀਟੀਕਲ ਸਿੱਧਾ ਸਿੱਧਾ ਪੋਲਿਟਿਕਲ ਅਟੈਕ ਕੀਤਾ ਹੈ ਬਾਦਲ ਪਰਿਵਾਰ ਦੇ ਉੱਤੇ ਵੀ ਔਰ ਖਚਾਈ ਕੀਤੀ ਹੈ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਵੀ ਪਰ ਜਦੋਂ ਵਸੀ ਨਿਆਂ ਦੀ ਗੱਲ ਕਰਦੇ ਆਂ ਦੋਸਤੋ ਤਾਂ ਬਹੁਤ ਜ਼ਿਆਦਾ ਦੁੱਖ ਹੁੰਦਾ ਆ ਕਿ 4-5 ਸਿੱਟ ਵੇ ਚੁੱਕੀਆਂ ਨੇ 4-5 ਵੀ ਦੀ ਗੱਲ ਹੁਣ ਫੇਰ ਕਿਉਂਕਿ ਕੁਮਰ ਵਿਜੇ ਪ੍ਰਤਾਪ ਹੋਰਾਂ ਨੇ ਜਿਹੜਾ ਸਿੱਟ ਦਾ ਸਾਰਾ ਖਰੜਾ ਕੋਰਟ ਨੂੰ ਦਿੱਤਾ ਸੀ ਮਾਣਯੋਗ ਹਾਈ ਕੋਰਟ ਨੇ ਉਹਨੂੰ ਰੱਦ ਕਰ ਦਿੱਤਾ ਔਰ ਕਿਹਾ ਕਿ ਪੋਲੀਟੀਕਲੀ ਮੋਟੀਵੇਟਿਡ ਹੈ ਕਿ ਇਸ ਕੇਸ ਦੀ ਸੁਣਵਾਈ ਦੇ ਨਾਲ ਜੋੜ ਕੇ ਉਹਨੂੰ ਦੇਖਿਆ ਜਾ ਰਿਹਾ ਸੀ ਜੇ ਔਰ ਹਾਈ ਕੋਰਟ ਵੱਲੋਂ ਕਿਹਾ ਗਿਆ ਕਿ ਜੇ ਅਗਲੀ ਨਵੀਂ ਸੈਟ ਬਣਾਈ ਜਾਵੇ ਜਾਂ ਸੀਬੀਆਈ ਤੋਂ ਜਾਂਚ ਕਰਾਈ ਜਾਵੇ ਜਾਂ ਹਰਿਆਣਾ ਦੀ ਪੁਲਿਸ ਨੂੰ ਸੌਂਪਿਆ ਜਾਵੇ ਇਹ ਕੇਸ ਤਿੰਨ ਆਪਸ਼ਨਾਂ ਦੇ ਕੇ ਪਰੰਤੂ ਜੇ ਨਵੀਂ ਸੈਟ ਪੰਜਾਬ ਸਰਕਾਰ ਬਣਾਉਂਦੀ ਹੈ ਤਾਂ ਉਹਦੇ ਵਿੱਚ ਕੁਮਰ ਵਿਜੇ ਪ੍ਰਤਾਪ ਸਿੰਘ ਹੋਰਾਂ ਨਹੀਂ ਹੋਣੇ ਚਾਹੀਦੇ ਸੀਗੇ ਵਿਰਸਾ ਸਿੰਘ ਬਲਟੋਆ ਹੋਰਾਂ ਨੂੰ ਮੈਂ ਟਿੱਪਣੀ ਕਰਦੇ ਦੇਖ ਰਿਹਾ ਸੀਗਾ ਬੜੀਆਂ ਤਿੱਖੀਆਂ ਕੁਮਰ ਵਿਜੇ ਪ੍ਰਤਾਪ ਵੱਲੋਂ ਬੜੀਆਂ ਤਿੱਖੀਆਂ ਗੱਲਾਂ ਸੱਟ ਰਏ ਸਨ ਔਰ ਉਹਨਾਂ ਨੇ ਇਹ ਵੀ ਕਿਹਾ ਸੀਗਾ ਕਿ ਇਸ ਸੈੱਟ ਦੇ ਨੂੰ ਲੈਡ ਜਿਹੜਾ ਲੀਡ ਕਰਨਾ ਸੀਗਾ ਉਹ ਆਈਪੀਐਸ ਪ੍ਰਬੋਧ ਕੁਮਾਰ ਉਹਨਾਂ ਨੇ ਕਰਨਾ ਸੀ ਉਹ ਇਹ ਕਹਿੰਦੇ ਛੱਡ ਗਏ ਕੁਮਰ ਵਿਜੇ ਪ੍ਰਤਾਪ ਹੋਰਾਂ ਦਾ ਦਖਲ ਹੈ ਔਰ ਵਿਜੇ ਪ੍ਰਤਾਪ ਦੇ ਉੱਤੇ ਬਿਰਸਾ ਸਿੰਘ ਬਲਟੋਆ ਦੇ ਮਤਾਬਕ ਸਰਕਾਰ ਦਾ ਦਖਲ ਹੈ ਕੈਪਟਨ ਸਰਕਾਰ ਦਾ ਔਰ ਦੋ ਸ਼ਾਮ ਆਦਮੀ ਪਾਰਟੀ ਵੱਲੋਂ ਵੀ ਲੱਗੇ ਸੀ ਕੈਪਟਨ ਸਰਕਾਰ ਔਰ ਬਾਦਲ ਇਹ ਸਾਰੇ ਮਿਲ ਕੇ ਹੀ ਖੇਡ ਰਹੇ ਨੇ ਲੋਕਾਂ ਨੂੰ ਇਨਸਾਫ ਵਰਗੀਆਂ ਗੱਲਾਂ ਕੁਝ ਨਹੀਂ ਹੋਈਆਂ ਮੈਂ ਸਿੱਟਾਂ ਦੀ ਗੱਲ ਕਰਦਾ ਹਾਂ ਤਾਂ ਪਹਿਲੀ ਜਿਹੜੀ ਸਭ ਤੋਂ ਪਹਿਲਾ ਸੈੱਟ ਆਕਾਲੀ ਭਾਜਪਾ ਲੇਡ ਸਹੋਤਾ ਹੋਰਾਂ ਦਾ ਆਈਪੀਐਸ ਸਹੋਤਾ ਹੋਰਾਂ ਦੇ ਬਚਾਅ ਦੇ ਦੀ ਗੱਲ ਅਗਵਾਈ ਦੇ ਵਿੱਚ ਬਣੀ ਸੀ ਉਹ ਸੈੱਟ ਇਸ ਸਿੱਟੇ ਤੇ ਪਹੁੰਚੀ ਸੀ ਕਿ ਪਾਈ ਇਹਦੇ ਪਿੱਛੇ ਕੁਝ ਵਿਦੇਸ਼ੀ ਤਾਕਤਾਂ ਦਾ ਵਿਦੇਸ਼ੀ ਲੋਕਾਂ ਦਾ ਹੱਥ ਹੈ ਦੋ ਨੌਜਵਾਨ ਗ੍ਰਿਫਤਾਰ ਵੀ ਕਰ ਲਏ ਸੀ ਮੁੜ ਕੇ ਉਹਨਾਂ ਦੇ ਲਿੰਕ ਲੱਭੇ ਗਏ ਜਿੱਥੇ ਉਹਨਾਂ ਨੂੰ ਪੈਸੇ ਆਉਂਦੇ ਪਰੰਤੂ ਉਹ ਗੱਲ ਬਿਲਕੁਲ ਸਿੱਧ ਨਾ ਹੋ ਸਕੀ ਲੋਕਾਂ ਦਾ ਰੋਹ ਬਹੁਤ ਵੱਧ ਗਿਆ ਉਹਨਾਂ ਨੌਜਵਾਨਾਂ ਨੂੰ ਰਿਹਾ ਕਰਨਾ ਪਿਆ ਨਾਲ ਹੀ ਸਰਕਾਰ ਨੇ सीबीआई ਨੂੰ ਜਾਂਚ ਦੇ ਦਿੱਤੀ सीबीआई ਇਹਨੂੰ ਹੋਰ ਪਾਸੇ ਨੂੰ ਲੈ ਗਈ ਔਰ ਨਾਲ ਫਿਰ ਸੈਟ ਬਿਠਾ ਦਿੱਤੀ ਗਈ ਸੀ ਡੀਆਈਜੀ ਲੁਧਿਆਣਾ ਆਰਐਸ ਖਟਰਾ ਹੋਰਾਂ ਲੀਡ ਕਰ ਰਹੇ ਸੀਗੇ ਉਹ ਉਹ ਉਹਨੂੰ ਉਸ ਸੈਟ ਨੂੰ ਉਹਨਾਂ ਨੇ ਮੁੜ ਕੇ ਉਹ ਫਿਰ ਸਾਰੇ ਦਾ ਸਾਰਾ ਕਿਵੇਂ ਡੇਰਾ ਸੱਚਾ ਸੌਦਾ ਵਾਲੂ ਲੈ ਗਏ ਬਿੱਟੂ ਦੀ ਗ੍ਰਿਫਤਾਰੀ ਹੋਈ ਸੀ ਆਪਾਂ ਸਾਰਿਆਂ ਨੇ ਦੇਖਿਆ ਪਰੰਤੂ ਉਹ ਮਾਮਲਾ ਫਿਰ ਕਰਕੇ ਉਹਨਾਂ ਨੇ सीबीआई ਨੂੰ ਦਿੱਤਾ सीबीआई ਨੇ ਕਲੀਨ ਚਿੱਟ ਆਪਣੀ ক্লোਜ਼ਰ ਰਿਪੋਰਟ ਦੇ ਵਿੱਚ ਡੇਰਾ ਸੱਚਾ ਸੌਦਾ ਨੂੰ ਬਿਲਕੁਲ ਕਲੀਨ ਚਿੱਟ ਜਿਹੜੀ ਸੀ ਉਹ ਦੇ ਦਿੱਤੀ ਗਈ ਸੀ ਆਫਟਰ दैट ਫੇਰ ਕਿਵੇਂ ਪ੍ਰਵੋਧ ਕੁਮਾਰ ਹੋਰਾਂ ਦੀ ਲੀਡਰਸ਼ਿਪ ਦੇ ਤਹਿਤ ਕੁਮਰ ਵਿਜੇ ਪ੍ਰਤਾਪ ਹੋਰਾਂ ਵਾਲੀ ਕਮੇਟੀ ਬਣਦੀ ਹੈ ਬਹੁਤ ਸਾਰੀਆਂ ਕੰਟਰੋਵਰਸੀਜ਼ ਸਾਹਮਣੇ ਆਉਂਦੀਆਂ ਨੇ ਇਹ ਚਲਾਨ ਪੇਸ਼ ਕਰਦੇ ਨੇ ਹੁਣ ਰਿਪੋਰਟ ਪੇਸ਼ ਕਰਦੇ ਨੇ ਤੇ ਹਾਈ ਕੋਰਟ ਵੱਲੋਂ ਇਹ ਰਿਪੋਰਟ ਖਾਰਜ ਕਰਕੇ ਨਵੀਂ ਸੈੱਟ ਪੰਜਾਬ ਸਰਕਾਰ ਨੂੰ ਬਣਾਉਣ ਦੇ ਹੁਕਮ ਹੋ ਜਾਂਦੇ ਨੇ 2015 ਦੀਆਂ ਗੱਲਾਂ ਅਸੀਂ 21 'ਚ ਆ ਗਏ ਆ 22 'ਚ ਚੋਣਾ ਹੈ ਮਾਨਜੋਗ ਕੋਰਟ ਨੂੰ ਇਹ ਵੀ ਲੱਗ ਰਿਹਾ ਸੀਗਾ ਚੋਣਾ ਦੇ ਵਿੱਚ ਸਾਰਾ ਕੁਝ ਪੁਨਾਇਆ ਜਾ ਸਕਦਾ ਹੈ ਪਰ ਤੂੰ ਕਿਤੇ ਨਾ ਕਿਤੇ ਅਸੀਂ ਫਿਰ ਜੇ ਸੀਬੀਆਈ ਵਾਲੀ ਗੱਲ ਲੈਨੇ ਆ ਤਾਂ ਸੀਬੀਆਈ ਨੇ ਜੇ ਇਸ ਤਰੀਕੇ ਦਾ ਇਸ ਮਾਮਲੇ 'ਚ ਪਹਿਲਾਂ ਕਲੋਜ਼ਰ ਰਿਪੋਰਟ ਕੀਤੀ ਫਿਰ ਦਖਲ ਦੇਣ ਦੀ ਕੋਸ਼ਿਸ਼ ਕੀਤੀ ਜਿਹਨੂੰ ਕੋਰਟ ਵੱਲੋਂ ਮਨਾ ਕਰ ਦਿੱਤਾ ਗਿਆ ਸੀਗਾ ਤਾਂ ਕਿਵੇਂ ਏਜੰਸੀਆਂ ਦੇ ਥਰੂ ਸਰਕਾਰਾਂ ਖੇਡ ਜਾਂਦੀਆਂ ਨੇ ਪੋਲੀਟੀਸ਼ਨ ਖੇਡ ਜਾਂਦੇ ਨੇ ਪਾਰਟੀਆਂ ਖੇਡ ਜਾਂਦੀਆਂ ਨੇ ਕਿਵੇਂ ਇਹ ਸਾਰਾ ਕੁਝ ਬਹੁਤ ਬੁਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਹੋ ਰਿਹਾ ਹੁੰਦਾ ਹੈ ਪਰ ਤੂੰ ਫੇਰ ਮੈਂ ਕਹਿੰਦਾ ਕਿ ਉੱਥੇ ਇਨਸਾਫ ਦੀ ਗੱਲ ਜਿਹੜੀ ਆ ਉਹ ਰੁਲ ਕੇ ਰਹਿ ਜਾਂਦੀ ਆ ਹੁਣ ਵੀ ਹੁਣ ਵੀ ਨਵਜੋ ਸਿੱਧੂ ਹੋਰਾਂ ਦੇ ਬਿਆਨ ਤੋਂ ਬਾਅਦ ਪੋਲੀਟੀਕਲ ਬਿਆਨਵਾਜ਼ੀਆਂ ਆਉਣਗੀਆਂ ਇਹ ਸਾਰੀਆਂ ਦੇ ਸਾਰੀਆਂ ਚੱਲਦੀਆਂ ਰਹਿਣਗੀਆਂ ਚੋਣਾਂ ਦੇ ਵਿੱਚ ਫੇਰ ਪੁਣਾਇਆ ਜਾਏਗਾ ਫੈਸਲਾ ਕੁਝ ਵੀ ਹੋਵੇ ਸੈਟ ਨਵੀਂ ਬੈਠ ਜਵੇ ਸੀਬੀਆਈ ਕੋਲ ਜਾਂਚ ਚਲ ਜਵੇ ਹਰਿਆਣੇ ਦੀ ਪੁਲਿਸ ਕੋਲ ਚਲ ਜਵੇ ਕੁਛ ਵੀ ਹੋਵੇ ਪੰਜਾਬ ਸਰਕਾਰ ਕੀ ਫੈਸਲਾ ਲੇ ਤੇ ਕੁਝ ਵੀ ਹੋਵੇ ਚੋਣਾਂ ਚ ਜਰੂਰ ਪੁਨਾਇਆ ਜਾਏਗਾ ਪਰੰਤੂ ਇਨਸਾਫ ਤੋਂ ਲੋਕਾਂ ਨੂੰ ਐਡੀ ਦੂਰ ਕੀ ਸਰਕਾਰਾਂ ਜੇ ਜੇ ਹੁਣ ਮਾਣਯੋਗ ਹਾਈ ਕੋਰਟ ਨੂੰ ਲੱਗਾ ਕਿ ਨਹੀਂ ਇਹਦੇ ਵਿੱਚ ਕੁਛ ਨਾ ਕੁਛ ਐਸਾ ਹੈ ਜਿਹੜੇ ਜਿਵੇਂ ਕਿ ਕੁਮਰ ਵਿਜੇਪ੍ਰਤਾਪ ਹੋਰਾਂ ਦੀ ਗੈਰ ਹਾਜ਼ਰੀ ਰਹਿਣੀ ਚਾਹੀਦੀ ਹੈ ਉਹ ਵਿੱਚ ਇਨਵੋਲਵਮੈਂਟ ਉਹਨਾਂ ਦੀ ਨਹੀਂ ਹੋਣੀ ਚਾਹੀਦੀ ਨਵੀਂ ਸੈਟ ਦੇ ਵਿੱਚ ਜਾਂ ਪੁਰਾਣੀ ਸੈਟ ਨੇ ਜੋ ਕੀਤਾ ਉਹਨੂੰ ਰੱਦ ਕਰ ਦੇਣਾ ਸੋ ਇਹ 5-6 ਸਾਲ ਦਾ ਸਾਰੇ ਦਾ ਸਾਰਾ ਪਾਤਰ ਹੁਣਾਂ ਦਾ ਸ਼ੇਰ ਐ ਇਸ ਅਦਾਲਤ ਚ ਬੰਦੇ ਬਿਰਖ ਹੋ ਗਏ ਫੈਸਲੇ ਸੁਣਦਿਆਂ ਸੁਣਦਿਆਂ ਸੁੱਕ ਗਏ ਆਖੋ ਇਹਨਾਂ ਨੂੰ ਜੜੇ ਘਰੀ ਜਾਣ ਹੁਣ ਇਹ ਕਦੋਂ ਤੀਕ ਇੱਥੇ ਖੜੇ ਰਹਿਣਗੇ ਸੋ ਇਹ ਇਹ ਇਨਸਾਫ ਹੱਕ ਸੱਚ ਦੀਆਂ ਗੱਲਾਂ ਅਸੀਂ ਦਿੱਲੀ ਅਜੇ ਦੰਗਿਆਂ ਨੂੰ ਦੇਖਦੇ ਆ ਅਜੇ ਪਤਾ ਨਹੀਂ ਕਿੱਥੋਂ ਕਿੱਥੋਂ ਦੀ ਸਾਨੂੰ ਇਸ ਸਿਸਟਮ ਦੇ ਵਿੱਚੋਂ ਦੀ ਲੰਗਣਾ ਪੈਂਦਾ ਹੈ ਉਦਾਸ ਕਰ ਦੇਣ ਵਾਲੀਆਂ ਗੱਲਾਂ ਜਿਹੜੀਆਂ ਨੇ ਉਹ ਇਹ ਨੇ ਕਿ ਨਿਆਂ ਲਈ ਕਤਾਰਾਂ 'ਚ ਲੱਗਾ ਹੋਇਆ ਬੰਦਾ ਭਾਰਤੀ ਬੰਦਾ ਖਾਸ ਤੌਰ ਦੇ ਉੱਤੇ ਕਿਵੇਂ ਸੇਲ ਪੱਥਰ ਹੋ ਜਾਂਦਾ ਕਿਵੇਂ ਬਿਰਖ ਹੋ ਜਾਂਦਾ ਆ ਉਹ ਅਸੀਂ ਦੇਖ ਸਕਦੇ ਆਂ ਔਰ ਸਿਆਸੀ ਲੋਕ ਸਿਰਫ ਤੇ ਸਿਰਫ ਆਪਣੀਆਂ ਰੋਟੀਆਂ ਸੇਕਦੇ ਨੇ ਉਹ ਦੂਜਿਆਂ ਦੀਆਂ ਲਾਸ਼ਾਂ ਤੇ ਵੀ ਸੇਕ ਸਕਦੇ ਹੁੰਦੇ ਆ ਦੂਸਰੇ ਸੈਗਮੈਂਟ ਵੱਲ ਆਉਣਾ ਦੋਸਤੋ ਅਸੀਂ 13 ਅਪ੍ਰੈਲ ਔਰ 14 ਅਪ੍ਰੈਲ ਭਾਰਤੀ ਜੀਵਨ ਦੇ ਵਿੱਚ ਖਾਸ ਕਰਕੇ ਪੰਜਾਬ ਦੇ ਵਿੱਚ ਆਜ਼ਾਦੀ ਅੰਦੋਲਨ ਨੂੰ ਲੈ ਕੇ ਸਾਡੇ ਕਲਚਰਲ ਆਈਡੈਂਟੀਟੀ ਨੂੰ ਲੈ ਕੇ ਸਾਡੇ ਗੁਰੂ ਸਹਿਬਾਨਾਂ ਦੇ ਸੰਘਰਸ਼ਾਂ ਨੂੰ ਲੈ ਕੇ ਲੜਾਈਆਂ ਨੂੰ ਲੈ ਕੇ ਲੋਕਾਈ ਦੇ ਸਰਬੱਤ ਦੇ ਭਲੇ ਲਈ ਕੀਤੇ ਹੋਏ ਕਾਰਜਾਂ ਨੂੰ ਲੈ ਕੇ ਬਹੁਤ ਮਹੱਤਵਪੂਰਨ ਇਹ ਦਿਨ ਹੁੰਦੇ ਨੇ Hindu ਧਰਮ ਦੇ ਮੁਤਾਬਕ ਅੱਜ ਨਵਰਾਤਰੇ ਸ਼ੁਰੂ ਹੋ ਜਾਂਦੇ ਨੇ ਨਵਾਂ ਸਾਲ ਸ਼ੁਰੂ ਹੋ ਜਾਂਦਾ ਹੈ ਉਹਨਾਂ ਦੀਆਂ ਰੀਚੂਅਲਸ ਦੇ ਮੁਤਾਬਕ ਉਹਨਾਂ ਦੇ ਕਸਟਮਜ਼ ਕਲਚਰਲੀ ਆਈਡੈਂਟਿਟੀਆਂ ਨੂੰ ਲੈ ਕੇ ਆਪਾਂ ਦੇਖ ਸਕਦੇ ਹਾਂ ਦਸਮ ਪਿਤਾ ਨੇ ਬਸਾਖੀ ਵਾਲੇ ਦੇ ਨਹੀਂ ਖਾਲਸਾ ਸਾਜਣਾ ਕੀਤੀ ਸੀ ਖਾਲਸਾ ਪੰਥ ਸਾਜਿਆ ਸੀਗਾ ਪੰਜ ਪਿਆਰਿਆਂ ਵਾਲੀ ਘਟਨਾ ਅਸੀਂ ਦੇਖਦੇ ਹਾਂ ਕਿਵੇਂ ਫਿਰ ਕਿਆ ਸੀ ਕਿ ਸੇਰ ਧਾਰ ਤਲੀ ਗਲੀ ਮੇਰੀ ਆਉਣ ਵਾਲਾ ਜਿਹੜਾ ਉਹ ਖੜਾ ਹੋ ਜਵੇ ਪੰਜ ਸਿੰਘਾਂ ਨੇ ਕਿਵੇਂ ਆਪਣੇ ਸਿਰ ਕੁਰਬਾਨ ਕਰਕੇ ਗੁਰੂ ਸਾਹਿਬ ਨੂੰ ਸੀਸ ਪੇਟ ਕੀਤੇ ਔਰ ਉਹ ਸਾਰਾ ਅਸੀਂ ਉਸ ਸਾਰੀ ਸ਼ਰਧਾ ਦੇ ਨਾਲ ਉਸ ਸਤਕਾਰ ਦੇ ਨਾਲ ਉਹਨਾਂ ਨੂੰ ਯਾਦ ਕਰਦੇ ਆਂ ਦਿਨ ਮਨਾਉਨੇ ਆਂ ਖਾਲਸਾ ਸਾਜਨਾ ਦਿਵਸ ਵਿਸਾਖੀ ਦਾ ਤਿਉਹਾਰ ਅਸੀਂ ਕਲਚਰਲੀ ਮਨਾਉਨੇ ਆਂ ਆਪਣੇ માનਯਤਾਵਾਂ ਧਾਰਮਿਕ ਸਥਾਨਾਂ ਦੇ ਉੱਤੇ ਕੁਝ ਡੇਰਿਆਂ ਨੂੰ ਮੰਨਦੇ ਨੇ ਕੁਝ ਜੋਗੀਆਂ ਨਾਥਾਂ ਪੀਰਾਂ ਸੂਫੀਆਂ ਦਰਵੇਸ਼ਾਂ ਜਾਂ ਪਿੰਡਾਂ 'ਚ ਉਹ ਸਾਂਝੀਆਂ ਥਾਵਾਂ ਜਿੱਥੇ ਇਹ ਸੀਜ਼ਨਲ ਤਿਉਹਾਰ ਕਿਉਂਕਿ ਸਨੈਰੀ ਕਲਰ ਸੋਨਾ ਵਿਸ਼ਿਆ ਪਿਆ ਹੈ ਸਾਰੇ ਪਾਸੇ ਖੇਤਾਂ ਦੇ ਵਿੱਚ ਔਰ ਸੋਨਾ ਔਖ ਖੁਸ਼ਹਾਲੀ ਉਹ ਸਮ੍ਰiddhi ਉਹ ਅੰਨ ਉਹ ਅੰਨ ਭਗਵਾਨ ਜਿਹਨੂੰ ਅਸੀਂ ਕਹਿੰਨੇ ਆ ਉਹ ਉਹ ਲੋਕਾਂ ਨੂੰ ਛਾਂਤ ਤ੍ਰਿਸ਼ਨਾ ਸ਼ਾਂਤ ਕਰਨ ਵਾਲਾ ਭੁੱਖ ਮਟਾਉਣ ਵਾਲਾ ਔਰ ਸਮ੍ਰiddhi ਆਰਥਿਕ ਤੌਰ ਤੇ ਸਮ੍ਰਿੱਧ ਕਰਨ ਦੇ ਵੇਲਾ ਹੁੰਦਾ ਹੈ ਇਹ ਅਨਾਜ ਘਰ ਆ ਰਿਆ ਹੁੰਦਾ ਹੈ ਲੋਕ ਖੁਸ਼ੀ ਮਨਾਉਂਦੇ ਨੇ ਤਿਹਾਰ ਵਿਸਾਖੀ ਦਾ ਮਨਾਇਆ ਜਾਂਦਾ ਹੈ ਔਰ 14 ਅਪ੍ਰੈਲ ਡਾਕਟਰ ਬੀ ਆਰ ਅੰਬੇਡਕਰ ਹੋਰਾਂ ਦੇ ਜਨਮ ਦਿਹਾੜੇ ਦੇ ਉੱਤੇ ਉਹਨਾਂ ਨੂੰ ਖਾਸ ਤੌਰ ਦੇ ਉੱਤੇ ਸੀ ਯਾਦਗਾਰੀ ਜਿਹੜੀ ਕੰਟਰੀਬਿਊਸ਼ਨ ਹੈ ਇਹਨਾਂ ਲੋਕਾਂ ਦੀ ਇਹਨਾਂ ਨੂੰ ਭਾ ਨਵੇਂ ਭਾਰਤ ਦੇ ਨਿਰਮਾਣ ਦੇ ਵਿੱਚ ਅ ਅਸੀਂ ਦੇਖਦੇ ਹਾਂ ਕਿ ਰਿਜ਼ਰਵ ਬੈਂਕ ਦੀ ਕੱਡੀ ਵੱਡੀ ਭੂਮਿਕਾ ਹੈ ਔਰ ਰਿਜ਼ਰਵ ਬੈਂਕ ਦੇ ਕਨਸੈਪਟ ਦੇ ਵਿੱਚ ਡਾਕਟਰ ਅੰਬੇਡਕਰ ਹੋਰਾਂ ਦੀ ਆਪਣੀ ਵੱਡੀ ਵੱਡੀ ਭੂਮਿਕਾ ਹੈ ਅਸੀਂ ਦੇਖਦੇ ਹਾਂ ਕਿ ਜਿੰਨੇ ਡੈਮ ਬਣਾਏ ਗਏ ਬਿਜਲੀ ਪੈਦਾ ਕੀਤੀ ਗਈ ਨਹਿਰਾਂ ਕੱਡੀਆਂ ਗਈਆਂ ਖੇਤਾਂ ਨੂੰ ਪਾਣੀ ਦਾ ਪ੍ਰਬੰਧ ਕੀਤਾ ਗਿਆ ਉਹ ਸਾਰੇ ਡੈਮਾਂ ਦੀ ਕਿੱਡੀ ਵੱਡੀ ਭੂਮਿਕਾ ਹੈ ਤਾਂ ਉਹ ਡੈਮ ਬਣਾਏ ਜਾਣ ਦੇ ਵਿੱਚ ਡਾਕਟਰ ਬੀ ਆਰ ਅੰਬੇਦਕਰ ਹੋਰਾਂ ਦੀ ਕਿੱਡੀ ਵੱਡੀ ਭੂਮਿਕਾ ਹੈ ਸਾਡੇ ਭਾਰਤੀ ਸਾਰੇ ਸਟਰਕਚਰ ਨੂੰ ਪੋਲਿਟੀਕਲ ਸੋਸ਼ਲ ਇਕਨੋਮਿਕ ਗਵਰਨਟ ਨੂੰ ਕਨਸਟੀਚਿਊਸ਼ਨ ਦੇ ਤਹਿਤ ਚਲਾਇਆ ਜਾਂਦਾ ਹੈ ਤੇ ਉਸ ਕਨਸਟੀਚਿਊਸ਼ਨ ਦੇ ਬਣਾਏ ਜਾਣ ਦੇ ਵਿੱਚ ਡਾਕਟਰ ਬੀ ਆਰ ਅੰਬੇਦਕਰ ਹੋਰਾਂ ਦੀ ਕਿੱਡੀ ਵੱਡੀ ਭੂਮਿਕਾ ਇਹ ਇੱਕ ਸੋਸ਼ਲ ਇੰਟੈਲੈਕਚੁਅਲ ਦੇ ਤੌਰ ਦੇ ਉੱਤੇ ਇੱਕ ਬੇਜਬਾਨਾਂ ਦੀ ਜ਼ੁਬਾਨ ਦੇ ਤੌਰ ਦੇ ਉੱਤੇ ਇੱਕ ਜਰਨਲਿਸਟ ਦੇ ਤੌਰ ਤੇ ਇੱਕ ਇਕਨੋਮਿਸਟ ਦੇ ਤੌਰ ਤੇ ਇੱਕ ਪੋਲੀਟੀਕਲ ਲੀਡਰ ਦੇ ਤੌਰ ਦੇ ਉੱਤੇ ਉਹਨਾਂ ਨੂੰ ਅਸੀਂ ਪੂਰੇ ਭਾਰਤ ਦੇ ਵਿੱਚ ਯਾਦ ਕਰਦੇ ਹਾਂ ਔਰ ਇੱਕ ਦੁਖਾਂਤਕ ਘਟਨਾ ਜਿਹੜੀ ਡਿਊਰਿੰਗ ਆਜ਼ਾਦੀ ਸੰਘਰਸ਼ ਫਰੀडम ਸਟਰਗਲ ਚੱਲ ਰਹੀ ਸੀਗੀ ਜਲਿਆਂਵਾਲਾ ਬਾਗ ਦੇ ਵਿੱਚ 13 ਅਪ੍ਰੈਲ 1919 ਨੂੰ ਜਿਹੜੇ ਅਣਮਨੁੱਖੀ ਤਸ਼ੱਦਦ ਹੋਇਆ ਜਿਹੜੇ ਜਿਹੜੇ ਉੱਥੇ ਇਨੋਸੈਂਟ ਲੋਕ ਜਿਹੜੇ ਦੇਸ਼ ਦੀ ਆਜ਼ਾਦੀ ਲਈ ਵਿਚਾਰਾ ਕਰ ਰਹੇ ਸੀ ਚਿੰਤਨ ਕਰ ਰਹੇ ਸੀਗੇ ਸੰਘਰਸ਼ ਕਰ ਰਹੇ ਸੀਗੇ ਉਹਨਾਂ ਤੇ ਅਨੇਵਾ ਗੋਲੀਆਂ ਚਲਾਈਆਂ ਸ਼ਹੀਦ ਕੀਤਾ ਔਰ ਉਹ ਕਾਹੜ ਦੇਸ਼ ਦੀ ਆਜ਼ਾਦੀ ਸੰਘਰਸ਼ ਦਾ ਸਭ ਤੋਂ ਸਿਖਰਲਾ ਕਾਹੜ ਸਿੱਧ ਹੋ ਜਾਂਦਾ ਔਰ ਰਪਚਰ ਕ੍ਰੀਏਟ ਕਰ ਦਿੰਦਾ ਇੱਕ ਮੋੜ ਆਉਂਦਾ ਆਜ਼ਾਦੀ ਮੂਵਮੈਂਟ ਦੇ ਵਿੱਚ ਜੇ ਇਸ ਵੇਲੇ ਫੇਰ ਅੰਗਰੇਜ਼ਾਂ ਨੂੰ ਹੱਥਾਂ ਪੈਰਾਂ ਦੀਆਂ ਪੈਂਦੀਆਂ ਅਸੀਂ ਸ਼ਹੀਦ ਉਦਮ ਸਿੰਘ ਹੋਰਾਂ ਨੂੰ ਉਹਨਾਂ ਦੇ ਨਾਲ ਯਾਦ ਕਰਦੇ ਆਂ ਅਸੀਂ ਰਵਿੰਦਰਨਾਥ ਟੈਗੋਰ ਹੋਰਾਂ ਨੇ ਇਸ ਕਾਂਡ ਦੇ ਦੁੱਖ ਵਿੱਚ ਆਪਣਾ ਹੀ ਸਰਦ ਦਾ ਖਤਾਬ ਵਾਪਸ ਕਰ ਦਿੱਤਾ ਸੀਗਾ ਸਾਅਦਤ ਹਸਨ ਮੰਟੋ ਵਰਗੇ ਨੇ ਕਹਾਣੀ ਲਿਖੀ ਸੀ ਤਾਂ ਖੂਨ ਦੇ ਅਥਰੂ ਰੋਇਆ ਸੀ ਉਹ ਜਲਿਆਂਵਾਲੇ ਬਾਗ ਦੇ ਕਾਂਡ ਨੂੰ ਲੈ ਕੇ ਆ ਆਜ਼ਾਦੀ ਸੰਘਰਸ਼ ਦੇ ਜਿਗਰ ਦੇ ਵਿੱਚ ਇਸ ਕਾਂਡ ਦੀ ਟਸ ਟਸ ਜਿਹੜੀ ਆ ਹੁਣ ਵੀ ਇੱਕ ਸੰਕਟ ਦੇ ਵਿੱਚੋਂ ਲੰਘ ਰਿਹਾ ਹੈ ਤਾਜ਼ਾ ਕਟਨਾਵਾ ਦੇ ਵਿੱਚ ਉਹ ਉਹ ਬੰਦ ਕਰ ਦਿੱਤਾ ਗਿਆ ਹੈ ਲੋਕਾਂ ਵਾਸਤੇ ਖੋਲਿਆ ਨਹੀਂ ਗਿਆ ਸੈਂਟਰ ਗਵਰਨਮੈਂਟ ਦੇ ਹਵਾਲੇ ਦੇ ਨਾਲ ਲੋਕ ਉੱਥੇ ਜਲਿਆਂਵਾਲੇ ਬਾਗ ਕਾਂ ਨੂੰ ਖੋਲੇ ਜਾਣ ਤੇ ਲੋਕਾਂ ਦੇ ਉਹਦੇ ਦਰਸ਼ਨ ਕਰਨ ਤੇ ਲੋਕਾਂ ਦਾ ਉੱਥੇ ਆਉਣ ਜਾਣ ਖੋਲੇ ਜਾਣ ਦੀਆਂ ਮੰਗਾਂ ਵੀ ਹੋ ਰਹੀਆਂ ਨੇ ਅੱਜ ਵੀ ਅ ਮੰਗਾਂ ਹੋ ਰਹੀਆਂ ਸੀਗੀਆਂ ਖਾਸ ਕਰਕੇ ਇਸ ਕਾਂਡ ਦੇ ਮੱਦੇਨਜ਼ਰ ਕੁਝ ਪ੍ਰੋਗਰੈਸਿਵ ਖਿਆਲਾਂ ਦੇ ਲੋਕ ਇਹ ਮੰਗ ਕਰ ਰਹੇ ਨੇ ਕਿ ਜਲਿਆਂਵਾਲਾ ਬਾਗ ਖੋਲਿਆ ਜਾਵੇ ਇਹਨੂੰ ਮਿਊਜ਼ੀਅਮ ਦੇ ਤੌਰ ਦੇ ਉੱਤੇ ਲੋਕ ਇੱਥੋਂ ਪ੍ਰੇਰਣਾ ਲੈ ਸਕਣ ਲੋਕ ਆਪਣੀ ਹਿਸਟਰੀ ਨੂੰ ਆਪਣੇ ਇਤਿਹਾਸ ਨੂੰ ਜਾਣ ਸਕਣ ਅਜੇ ਨਹੀਂ ਬਾਕੀ ਗੱਲਾਂ ਕਿਤੇ ਫੇਰ ਕਰਾਂਗੇ ਦੋਸਤੋ ਬਾਅਦ ਵਿੱਚ